ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਪੀ ਆਪਰੇਸ਼ਨ ਅਤੇ ਸਾਬਕਾ ਹਾਕੀ ਖਿਡਾਰੀ ਬਲਜੀਤ ਸਿੰਘ ਦੀ ਸਰਕਾਰੀ ਕੋਠੀ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਪੁਲਿਸ ਅਧਿਕਾਰੀਆਂ ਵਿੱਚ ਅਫਰਾ ਤਫਰੀ ਮੱਚ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਬਚਾਅ ਇਹ ਰਿਹਾ ਕਿ ਕੋਈ ਵੀ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਪਰ ਕੋਠੀ ਵਿੱਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਦੇ ਨਾਲ ਹੀ SSP ਬਟਾਲਾ ਅਤੇ SDM ਬਟਾਲਾ ਅਤੇ ਹੋਰ ਕਈ ਅਧਿਕਾਰੀਆਂ ਦੀ ਸਰਕਾਰੀ ਰਿਹਾਇਸ਼ ਹੈ। ਉੱਥੇ ਹੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀਆਂ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਸਾਨੂੰ ਡਾਕਟਰ ਫੋਨ ਆਇਆ ਸੀਗਾ ਵੀ ਤੇ ਨਾਲ ਗਾਰਡ ਦੇ SP ਸਾਹਿਬ ਦੀ ਹਟਕੜ ਸਾਹਿਬ ਦੇ ਸੰਤਰੀਆਂ ਦੀ ਇੱਥੇ ਧੂਆਂ ਨਿਕਲ ਰਿਹਾ। ਉਹਨਾਂ ਨੇ ਤਾਲਾ ਤੋੜ ਕੇ ਦੇਖਿਆ, ਇੱਥੋਂ ਵੀ ਅੰਦਰ ਬਹੁਤ ਜ਼ਿਆਦਾ ਅੱਗ ਲੱਗੀ ਸੀ। ਫਿਰ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਫਿਰ ਉਹ ਆ ਗਏ, ਉਹਨਾਂ ਨੇ ਕੰਟਰੋਲ ਕੀਤਾ। ਅੰਦਰ ਤਾਂ ਬੜੇ ਨਹੀਂ ਜਾ ਰਿਹਾ, ਬਹੁਤ ਧੂਆਂ ਨਿਕਲ ਰਿਹਾ ਸੀ। ਵੀ SSP ਕੋਠੀ ਆਪਣੇ ਜਿਹੜੇ ਹੈਗੇ ਆਪਣੇ ਬਲਜੀਤ ਸਿੰਘ ਢਿੱਲੋਂ ਜੀ, ਉਹਨਾਂ ਦੇ ਕੋਠੀ ਦੇ ਅੰਦਰ ਅੱਗ ਲੱਗ ਗਈ ਅਤੇ ਗੱਡੀਆਂ ਅਸੀਂ ਦੋਨੇ ਰਵਾਨੇ ਕਰ ਸਕੀਏ। ਛੋਟੀ ਜੀਪ ਵੀ ਭੇਜੀ ਔਰ ਵੱਡੀ ਗੱਡੀ ਭੇਜ ਦਿੱਤੀ, ਮੌਕੇ ਅਨੁਸਾਰ ਜੋ ਵੀ ਵਰਤੋਂ ਵਿੱਚ ਆ ਸਕਦੀ ਜੀ। ਔਰ ਇੱਥੇ ਆ ਕੇ ਦੇਖਿਆ ਵੀ ਇਹ ਮਕਾਨ ਦੇ ਅੰਦਰ ਬਾਕੀ ਕੋਈ ਹੈ ਨਹੀਂ ਸੀਗਾ ਜੀ, ਔਰ ਕੋਠੀ ਖਾਲੀ ਸੀ, ਆਪਣੇ ਸਮਾਨ ਸਮੂਨ ਸੀਗਾ ਉਹਨਾਂ ਦਾ, ਔਰ ਆਪ ਛੁੱਟੀ 'ਤੇ ਗਏ ਹੋਏ ਸੀਗੇ। ਔਰ ਉਹਦੇ ਨਾਲ ਅੱਗ ਦੇ ਨਾਲ ਥੋੜ੍ਹਾ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ, ਬੈੱਡ ਵਗੈਰਾ ਔਰ ਥੋੜ੍ਹਾ ਸੋਫੇ ਨੁਕਸਾਨ ਹੈ।